ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ਼ ਪੰਨ, ਦੱਸਣਗੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸੁਰਜੀਤ ਸਿੰਘ ਕੰਗੂਰਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁੱਬਾ ਸਿਰੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਤਾਮੀ ਦੇ ਪਰਿਵਾਰ ਸੀਰਸ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਵੀਰ ਸਿੰਘ ਗਿੱਲ ਲਾਇਬੁੱਕ ਤੋਂ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਜਿਹੜੀ ਸੁਰਖੀਆਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਇਸ ਵੇਲੇ, ਜਿਹੜੀਆਂ ਖਬਰਾਂ ਆ ਰਹੀਆਂ ਨੇ, ਪਹਿਲੀ ਖਬਰ ਤੇ ਆ ਰਹੀ ਹੈ ਕਿ ਜਿਹੜਾ ਸਿੱਖ ਕਤਲੇਆਮ ਹੋਇਆ ਸੀਗਾ ਉਸ ਦੇ ਕੁਛ ਕੁ ਕੇਸ ਆ ਜਿਹੜੇ ਦੁਬਾਰਾ ਖੁੱਲਣ ਦੀ ਆਸ। ਇਹ ਜਿਹੜੀ ਐਕਚੁਲੀ ਐਸ ਆਈ ਟੀ ਦਾ ਮੁੱਦਾ ਪਿਛਲੇ ਦਿਨਾਂ ਤੋਂ ਫੇਰ ਜਿਹੜਾ ਜੀ ਉਹ ਗਰਮਾਇਆ, ਜਦੋਂ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਹੋਰੀ, ਉਹਨਾਂ ਨੇ ਜਿਹੜਾ ਇਹ ਗੱਲ ਆਖੀ ਸੀ ਕਿ ਇਹ ਸਿਰਫ ਡਰਾਮਾ ਕੀਤਾ ਗਿਆ ਸੈਂਟਰ ਦੀ ਸਰਕਾਰ ਦੇ ਵੱਲੋਂ, ਇਹ 'ਚ ਕੁਛ ਵੀ ਜਿਹੜਾ ਜੀ ਉਹ ਕੀਤਾ ਨਹੀਂ ਗਿਆ। ਹੁਣ ਜਿਹੜੀ ਇਹ ਐਸ ਆਈ ਟੀ ਸੀ ਜੀ, ਇਹ ਫੇਰ ਐਕਟਿਵ ਹੋ ਗਈ ਹੈ ਇਸ ਬਿਆਨ ਤੋਂ ਬਾਅਦ। ਸ਼ਾਇਦ ਜਿਹੜਾ ਜੀ ਉਹਨਾਂ ਨੂੰ ਇਉਂ ਲੱਗਦਾ ਕੇਂਦਰ ਦੀ ਸਰਕਾਰ ਨੂੰ ਕਿ ਇਸ ਮੁੱਦੇ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਪੰਜਾਬ ਦੀਆਂ ਚੋਣਾਂ ਦੇ ਵਿੱਚ ਇਸ ਮੁੱਦੇ ਨੂੰ ਭਖਾ ਸਕਦੀ ਹੈ। ਤੋ ਇਹਦੇ ਕਰਕੇ ਤੁਸੀਂ ਕਹਿ ਲਓ ਕਿ 1984 ਦੇ ਵਿੱਚ ਹੋਏ ਜਿਹੜਾ ਸਿੱਖ ਕਤਲੇਆਮ ਸੀਗਾ, 75 ਕੇਸਾਂ ਦੀ ਮੁੜ ਕੇ ਪੜਤਾਲ ਜਿਹੜੀ ਆ ਜੀ ਉਹ ਕੀਤੀ ਜਾਊਗੀ। ਹੋਮ ਮਿਨਿਸਟਰੀ ਦੇ ਜਿਹੜੇ ਆਫਿਸਰਸ ਨੇ ਉਹ ਇਹ ਗੱਲ ਜਿਹੜੀ ਉਹਨਾਂ ਨੇ ਦੱਸੀ ਆ, ਔਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਜਿਹੜੇ ਜੀ ਐਲਾਨ ਇਹਦੇ ਹੋਣੇ ਹੋਏ ਨੇ, ਇਹਦੇ 'ਤੇ ਸਵਾਲ ਤਾਂ ਜਿਹੜੇ ਆ ਜੀ ਉਹ ਖੜ੍ਹੇ ਹੋਣੇ ਹੀ ਆ। ਵਿਸ਼ੇਸ਼ ਜਾਂਚ ਟੀਮ ਜਿਹੜੀ ਆ ਜੀ 12 ਫਰਵਰੀ 2015 ਨੂੰ ਹੋਮ ਮਿਨਿਸਟਰੀ ਦੇ ਵੱਲੋਂ ਨਿਯੁਕਤ ਕੀਤੇ ਗਏ ਜਿਹੜੇ ਰਿਟਾਇਰਡ GP ਮਾਥੁਰ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਬਣਾਈ ਗਈ ਸੀ, ਔਰ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਸੀਗਾ ਕਿ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੇ ਵਿੱਚ ਇੰਸਪੈਕਟਰ ਜਨਰਲ ਰੈਂਕ ਦੇ 2 IPS ਅਧਿਕਾਰੀ ਅਤੇ 1 ਜੁਡੀਸ਼ੀਅਲ ਅਧਿਕਾਰੀ ਜਿਹੜਾ ਜੀ ਉਹ ਸ਼ਾਮਿਲ ਰਹੇਗਾ। 1.5 ਸਾਲ ਪਹਿਲਾਂ ਇਸ ਟੀਮ ਦੇ ਮੌਕੇ 'ਤੇ ਸਰਕਾਰ ਨੇ ਇਹ ਕਿਹਾ ਸੀਗਾ ਜੀ ਕਿ ਰਿਪੋਰਟ 6 ਮਹੀਨਿਆਂ ਦੇ ਅੰਦਰ ਸੌਂਪੂਗੀ, ਪਰ ਇਹ ਸਵਾਲ ਜਿਹੜਾ ਜੀ ਪਿਛਲੇ ਦਿਨਾਂ ਦੇ ਵਿੱਚ ਉਠਾਇਆ ਸੀ ਅਰਵਿੰਦ ਕੇਜਰੀਵਾਲ ਨੇ ਕਿ 1.5 ਸਾਲ ਹੋ ਗਿਆ ਉਸ SIT ਦਾ ਕੀ ਬਣਿਆ ਜਿਹਨੇ 6 ਮਹੀਨਿਆਂ ਦੇ ਵਿੱਚ ਰਿਪੋਰਟ ਜਿਹੜੀ ਆ ਉਹ ਦੇਣੀ ਸੀਗੀ। ਉਂਜ ਵੈਸੇ ਨਰਿੰਦਰ ਮੋਦੀ ਸਰਕਾਰ ਨੇ 10 ਦਸੰਬਰ 2014 ਨੂੰ 1984 ਦੇ ਸਿੱਖ ਕਤਲੇਆਮ 'ਚ ਮਾਰੇ ਗਏ ਵਿਅਕਤੀਆਂ ਦੇ ਨਜ਼ਦੀਕੀਆਂ ਨੂੰ 5-5 ਲੱਖ ਰੁਪਈਏ ਦਾ ਵਾਧੂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀਗਾ। ਪਿਛਲੇ ਮਹੀਨੇ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਸੀਗਾ ਜੀ ਕਿ ਸਿੱਖ ਕਤਲੇਆਮ ਤੋਂ ਬਾਅਦ ਪੰਜਾਬ ਚਲੇ ਗਏ 1020 ਪਰਿਵਾਰਾਂ ਨੂੰ ਕੇਂਦਰ ਦੀ ਮੁੜ ਵਸੇਵਾ ਯੋਜਨਾ ਤਹਿਤ 2-2 ਲੱਖ ਰੁਪਈਏ ਦੀ ਸਹਾਇਤਾ ਜਿਹੜੀ ਉਹ ਦਿੱਤੀ ਜਾਊਗੀ। ਸੋ ਇਹ ਐਲਾਨ ਹੀ ਸੀਗੇ ਜੀ ਵੱਡੇ ਪੂਰਿਆਂ ਜਿਹੜਾ ਜੀ ਉਹ ਕਾਫੀ ਹੱਦ ਤੱਕ ਦਿੱਲੀ ਦੀ ਸਰਕਾਰ ਨੇ ਇਹਨਾਂ ਨੂੰ ਜ਼ਰੂਰ ਜਿਹੜਾ ਜੀ ਇਸ ਮੁੱਦੇ ਦੇ ਉੱਤੇ ਉਹਨੇ ਕੰਟੀਨਿਊਸ ਗੱਲ ਵੀ ਕੀਤੀ ਆ ਔਰ ਇਹਨਾਂ ਨੂੰ ਮੁਆਵਜ਼ਾ ਵੀ ਜਿਹੜਾ ਉਹ ਦਿੱਤਾ ਜੀ। ਜੀ ਤੇ ਆਪਾਂ ਇਸ ਦੇ ਨਾਲ ਹੀ ਇੱਕ ਲੱਗਦੀ ਗੱਲ ਕਰੀਏ, ਜਿੱਦਾਂ 1984 ਦੀ ਗੱਲ ਆਪਾਂ ਕੀਤੀ ਆ, ਤੇ 1984 ਦੇ ਕਤਲੇਆਮ ਦੇ ਵਿੱਚ ਦਾਗੀ ਕਮਲਨਾਥ ਨੂੰ ਕਾਂਗਰਸ ਸਰਕਾਰ ਨੇ ਪੰਜਾਬ ਦਾ ਇੰਚਾਰਜ ਬਣਾਇਆ। ਬਿਲਕੁਲ ਜੀ, ਇਹ ਨਹੀਂ ਪਤਾ ਕਿ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਹੈ ਜੀ ਉਹਨੂੰ ਕੌਣ ਚਲਾ ਰਿਹਾ, ਉਹਦੇ ਸਲਾਹਕਾਰ ਜਿਹੜੇ ਨੇ ਜੀ ਉਹ ਕਿਹੋ ਜਿਹੇ ਨੇ। ਜੇ ਉਹ ਸਲਾਹਕਾਰ ਨੇ ਤਾਂ ਮੇਰਾ ਖਿਆਲ ਕਾਂਗਰਸ ਨੂੰ ਦੁਸ਼ਮਣ ਲੱਭਣ ਜਾਣ ਦੀ ਤਾਂ ਲੋੜ ਹੀ ਨਹੀਂ, ਉਹ ਤਾਂ ਉਹਦੇ ਵਿੱਚ ਹੀ ਜਿਹੜਾ ਜੀ ਉਹ ਬੈਠੇ ਨੇ। ਕਾਂਗਰਸ ਨੇ ਜਥੇਬੰਦੀ ਦੇ ਵਿੱਚ ਫੇਰਬਦਲ ਕੀਤਾ ਅਤੇ ਇਸ ਫੇਰਬਦਲ ਦੇ ਵਿੱਚ ਚੱਲਦਿਆਂ ਜੀ ਗੁਲਾਮ ਨਬੀ ਆਜ਼ਾਦ ਜਿਹੜੇ ਨੇ ਉਹਨਾਂ ਨੂੰ ਉੱਤਰ ਪ੍ਰਦੇਸ਼ ਦਾ ਜਨਰਲ ਸਕੱਤਰ ਇੰਚਾਰਜ ਬਣਾਤਾ, ਅਤੇ ਦੂਜੇ ਪਾਸੇ 69 ਸਾਲਾਂ ਦੇ ਕਮਲਨਾਥ ਜਿਹੜੇ ਨੇ ਉਹਨਾਂ ਨੂੰ ਪੰਜਾਬ ਦਾ ਇੰਚਾਰਜ ਜਿਹੜਾ ਜੀ ਉਹ ਬਣਾ ਦਿੱਤਾ। ਇਹ ਨਿਯੁਕਤੀ ਹੁੰਦਿਆਂ ਸਾਰ ਜਿਹੜੇ ਸਵਾਲੀਆ ਚਿੰਨ੍ਹ ਸੀ ਨਾ ਜੀ ਉਹ ਵੱਡੇ ਉੱਠ ਕੇ ਖੜ੍ਹੇ ਹੋਣੇ ਸ਼ੁਰੂ ਹੋ ਗਏ, ਕਿਉਂਕਿ ਪੰਜਾਬ ਅਤੇ 1984 ਦਾ ਜਿਹੜਾ ਸਿੱਖ ਕਤਲੇਆਮ ਹੈ ਜੀ ਇਹ ਦੋ ਆਪਸ ਦੇ ਵਿੱਚ ਬਿਲਕੁਲ ਜੁੜੇ ਹੋਏ ਨੇ ਜੀ, ਕਿਉਂਕਿ ਸਿੱਖਾਂ ਦੇ ਕਤਲ ਜਿਹੜੇ ਹੋਏ ਸੀਗੇ 1984 ਦੇ ਵਿੱਚ, ਔਰ ਕਮਲ ਨਾਥ ਜਿਹੜੇ ਨੇ ਉਹਨਾਂ ਦਾ ਨਾਮ ਜਿਹੜਾ ਜੀ ਇਹਨਾਂ 1984 ਦੇ ਸਿੱਖ ਕਤਲੇਆਮ ਦੇ ਵਿੱਚ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜੁੜਦਾ, ਔਰ ਉਹਨਾਂ ਦੇ ਉੱਤੇ ਇਹ ਕਥਿਤ ਰੂਪ ਦੇ ਵਿੱਚ ਜਿਹੜਾ ਜੀ ਉਹ ਦੋਸ਼ ਲੱਗਦਾ ਹੈ ਕਿ ਦਿੱਲੀ ਦੇ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਨਾਨਾਵਤੀ ਕਮਿਸ਼ਨ ਸੀਗਾ ਉਹਨੇ ਵੀ ਇਹਦੇ ਵੱਲ ਇਸ਼ਾਰਾ ਕੀਤਾ ਸੀਗਾ ਕਿ ਕਮਲਨਾਥ ਉਸ ਦਿਨ ਗੁਰਦੁਆਰੇ ਦੇ ਵਿੱਚ ਹਾਜ਼ਰ ਸੀਗਾ ਜੀ ਬਾਹਰ,
और वो भीड़ की अगवाई जी है जी वह कर रहा है, जिते कि बहुत सारे जोड़े सिख भाईचारे संबंधित मैंबर से उन्होंने पनाह ली हुई सी इस गुरद्वारे के समय समय से यह मुद्दा जोड़ा जी उठता रहा। कांग्रेस जी है जी वह डिनाई करती रही है इस गलू, उंज वैसे तो यह भी दसती है कि कैप्टन अमरिंदर सिंह होर ने तो पिछले दिन जोड़ा इसे ही 1984 के सिख कतलेआम के जोड़े जगदीश टाइटलर ने उन्होंने भी क्लीन चिट जी देती सी, बेशक बाद दे विच ए कहिंदे रहे कि मैं क्लीन चिट नहीं दिती। हुण कमल शर्मा नूं लिया के पंजाब दे विच जिहड़ा इह समझ तो परे वाली गल है जी, जिहड़े लोग सियासी कैलकुलेशन जिहड़ी है जी वह करते हैं कि इहदे मायने की हो सकते हैं जी, क्योंकि यह मुद्दा एक बार फिर जिहड़ा वह भख पिया तो विरोधी पार्टियां नूं तां इहो जिहा मुद्दा जिहड़ा जी चुप चपीत्या वड्डा लभ गया, आम आदमी पार्टी नूं भी ते अकाली दल नूं भी जी कि वह इस गल दे उत्ते जिहड़ी जी बयानबाजी उन्हां दी नाल दी नाल जिहड़ी वह आउणी भी शुरू हो गई कि कांग्रेस ने जिहड़े आ जी वह जख्मां दे उत्ते लून जिहड़ा वह छिड़क दिता कमलनाथ नूं इत्थों दी जिहड़ी चार्जी जी है जी वह दे के, तो पहला ही कांग्रेस के कोई बहुते दिन जोड़े वो चंगे नहीं है, तो ये कमलनाथ का इतने आना पंजाब दे विच आई थिंक कितने ना कितने जिवें कांग्रेस नू माड़ी मोटी को आस लगती सी पंजाब दे विच उन्हां आसां दे उत्ते तां इह पाणी फिर रहा होगा जी। बिल्कुल जी लगता है कि बिल्कुल सफाया हो जाऊगा जे इस तरह के दागी बंदे अगे लियांदे रहे। तो अगे आपां बहुत चर्चित फिल्म उड़ता पंजाब की गल करिए जिन्हें चूड़ा हलाईया हुई जी सरकारां दीआं, उस दी सुनवाई अज जी ये हाई कोर्ट का फैसला जिहड़ा जी अज आना सुनवाई ये उत्ते जी बहस जिहड़ा जी है जी वह मुकम्मल हो चुकी हुई है। इस गल की उम्मीद की जा रही है कि फैसला जिहड़ा जी ये कोई तीन कट के नाल जिहड़ा जी ये फिल्म नूं रिलीज़ करन दा आऊगा, क्योंकि चफेरियों घिर गई है जी जी पंजाब की मौजूदा सरकार है तो सेंटर की सरकार जी है जी वह हुण चुप की बैठी है कि किते तत्ता पानी उहदे वल नूं ना आउंदा लगे। इत्थे वक्-वक् चैनलों के उत्ते चल रही जिहड़ी डिबेट है उहदे विच पंजाब सरकार दे कोले जवाब देण नूं कुछ नहीं हैगा जी, सिर्फ वह डिनायल मोड दे विच है जी। यह कही जांदे आ कि नशे है नहीं गे, पंजाब नूं बदनाम जिहड़ा जी वह किया जा रहा, जदों के जिहड़ी जिहड़ियां डिबेट्स ने उहदे विच रात एक डिबेट जिहड़ी आ रही सी जिहदे विच दो नैशनल इंग्लिश दीआं अखबारां दे पत्रकारां ने कल्ला कल्ला तत्थ जिहड़ा जी फरोल दित्ता, साबका DGP जिहड़े सी उन्होंने सारा कुछ दस दिता, और जिहड़े नाल अकाली दल दी तरफों बोल रहे सन मनजिंदर सिंह सिरसा होड़ी उन्होंने कोले कहण नूं कुछ नहीं हैगा सीगा जी, सवाए इहदे तों कि बदनाम जिहड़ा जी वह किया जा रहा, जे बदनाम किया जा रहा तो इन्नियां रिपोर्टां जिहड़ियां जी वह फिर किवें जिहड़ियां जी सामने आ गईआं। यह मुद्दा बार बार उठ रहा है कि जे पंजाब नशे नहीं हैगे सरकारी तौर दे उत्ते 23 जिहड़े नशा छुड़ाऊ सेंटर है वह क्यों खोले हुए है, औरतों के वास्ते नशा छुड़ाऊ सेंटर जिहड़ा जी वह अमृतसर दे विच सरकार ने क्यों जिहड़ा जी वह खोलिया, आप रिपोर्ट सांझी की सी पिछले दिन कि शराब की खपत जिहड़ी है जी वह 87% वधी है, जदों के सरकार की कमाई इहदे तो 170% वधी है, 8 सालों के ठेके जिहड़े ने जी वह दुगने हो गए ने। सो यह जिहड़ा मामले है जी सारे इस फिल्म ने अपनी रिलीज़ तो पहला जिहड़े है जी वह पूरे तरीके दे नाल पखा दिते है। फिल्म दे विचों की निकलता, फिल्म किस पासे वल नूं इशारा करती है, सारियां गल्लां जिहड़ियां जी वह पासे रह गईआं पिछे जिहड़ियां जी वह रह गईआं। एक बहस जिहड़ी कि बननी चाहीदी सी देर पहलां नैशनल लैवल दे उत्ते वह इस वेले जिहड़ी है जी वह बन गई है जी यह बहस, और यह फैसला जिहड़ा जी अज आउणा, और इस फैसले तो ऐन पहला जिहड़ा सेंसर बोर्ड की जिहड़ी कमेटी है जी उन्हें हरी झंडी जिहड़ी है वह देती है 13 कट दे नाल, और 13 कट जिहड़े आ जी वह ला के जिहड़ी केंद्रीय फिल्म बोर्ड है CBFC उहदे चेयरमैन जिहड़े पहलाज नहलानी जिहड़े कहिंदे मैनूं फखर है कि मैं मोदी दा चमचा हाँ, उन्होंने ये 13 कट ला के फिल्म नूं जिहड़ा जी सर्टिफिकेट जारी कर दिता, पर जिहड़े प्रोड्यूसर डायरैक्टर ने वह नहीं मानते इन्हां 13 कट नूं, वह 3 जिहड़े कट अदालत ने सुझाए ने उहदे उत्ते वह तैयार जरूर हो गए ने कि वह ये 3 कट जिहड़े ने वह लाउण दे वास्ते तैयार नहीं। सो यह हुण जिहड़ी है जी फिल्म इस गल की पूरी उम्मीद है हुण तो कुछ घंटियां बाद यह फैसला जिहड़ा जी आजूगा कि यह फिल्म अपनी मिथी डेट 17 तरीक नूं जिहड़ी है जी वह विश्व भर के रिलीज़ होगी, तो मेरा नहीं ख्याल प्रोड्यूसर यदी किसी भी तरह की पबलिसिटी तो हुण पैसा खर्चन की जरूरत रह गई है, और नाल दी नाल मेरा ख्याल बहुत सारे प्रोड्यूसर डायरैक्टर जिन्होंने कैमरे चुक भी ले होने जी पंजाब वालू जां पंजाब दे इस सबजैक्ट उत्ते फिल्म बनाउण लई। आ बिल्कुल जी सही आ, जिहड़े कई लोग तो इसका फायदा चकते रहेंगे, पर जिहड़ी तुसीं गल कही आ जिहड़ी बहस पहला होनी चाहीदी सी, चलो जिहड़े सुते पए सी उन्हां नूं हुण पता लगा कि पंजाब का की हाल आ। अगे अजनाला की गल करते हैं, अजनाला दे विच किसान ते ईसाई भाईचारा आपस में झड़पां
ਇਹਦੀ ਇੱਥੇ ਮਾਛੀ ਨੰਗਲ ਪਿੰਡ ਪੈਂਦਾ ਅਜਨਾਲੇ ਦੇ ਕੋਲੇ, ਇੱਥੇ ਪਲੋਟ ਜਿਹੜੇ ਨੇ ਉਹਨਾਂ ਦੇ ਉੱਤੇ ਕਬਜ਼ੇ ਨੂੰ ਲੈ ਕੇ ਕਿਸਾਨ ਅਤੇ ਈਸਾਈ ਭਾਈਚਾਰਾ ਜਿਹੜਾ ਜੀ ਉਹ ਆਪਸ ਦੇ ਵਿੱਚ ਭਿੜ ਪਿਆ। 10 ਤੋਂ ਵੱਧ ਵਿਅਕਤੀ ਜਿਹੜੇ ਨੇ ਜੀ ਉਹ ਇਸ ਲੜਾਈ ਝਗੜੇ ਦੇ ਵਿੱਚ ਜ਼ਖਮੀ ਜਿਹੜਾ ਉਹ ਹੋਏ ਆ, ਔਰ ਪੁਲਿਸ ਨੂੰ ਲਾਠੀਚਾਰਜ ਅਤੇ ਫਾਇਰਿੰਗ ਵੀ ਜਿਹੜੀ ਆ ਜੀ ਉਹ ਕਰਨੀ ਪਈ ਆ। ਦੋਵੇਂ ਜਿਹੜੇ ਧੜੇ ਸੀਗੇ ਇਹਨਾਂ ਨੂੰ ਜਿਹੜਾ ਜੀ ਲੜਾਈ ਤੋਂ ਪਾਸੇ ਜਿਹੜਾ ਉਹ ਹਟਾਉਣ ਦੇ ਵਾਸਤੇ। ਐਕਚੁਅਲੀ ਜੀ ਈਸਾਈ ਭਾਈਚਾਰੇ ਦੇ ਲੋਕ ਜਿਹੜੇ ਸੀਗੇ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਿਹੜੇ ਸੀਗੇ ਜੀ ਉਹਦੀ ਅਗਵਾਈ ਦੇ ਵਿੱਚ ਇਕੱਠੇ ਹੋਏ, ਔਰ ਉਹਨਾਂ ਨੇ 1974-75 ਦੇ ਵਿੱਚ ਸਰਕਾਰ ਦੇ ਵੱਲੋਂ ਅਲੋਟ ਕੀਤੇ ਗਏ ਪਲਾਟਾਂ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਜ਼ਮੀਨ ਦੇ ਉੱਤੇ ਕਾਬਜ਼ ਧਿਰ ਜਿਹੜੀ ਸੀਗੀ ਜੀ ਉਹਦੇ ਨਾਲ ਉਹਨਾਂ ਦੀ ਤਕਰਾਰ ਹੋ ਗਈ। ਪਹਿਲਾਂ ਤਾਂ ਇੱਟਾਂ ਰੋੜੇ ਜਿਹੜੇ ਸੀਗੇ ਜੀ ਉਹ ਚੱਲੇ, ਔਰ ਇਸ ਇੱਟਾਂ ਰੋੜਿਆਂ ਤੋਂ ਬਾਅਦ ਫਿਰ ਜਿਹੜੀਆਂ ਸੀਗੀਆਂ ਜੀ ਉਹ ਡਾਂਗਾਂ ਨਿਕਲ ਆਈਆਂ, ਔਰ ਜਦੋਂ ਇਹ ਭੀੜ ਜਿਹੜੀ ਸੀ ਉਹ ਆਊਟ ਆਫ ਕੰਟਰੋਲ ਹੋਣੀ ਸ਼ੁਰੂ ਹੋ ਗਈ ਤਾਂ ਪੁਲਿਸ ਨੇ ਡੰਡਾ ਚਾਰਜ ਜਿਹੜਾ ਸੀਗਾ ਜੀ ਉਹ ਕੀਤਾ। ਜਦੋਂ ਡੰਡਿਆਂ ਦੇ ਨਾਲ ਵੀ ਇਹ ਜਿਹੜੇ ਜੀ ਨਾ ਹਟੇ ਅਤੇ ਇੱਕ ਦੂਜੇ ਦੇ ਜਿਹੜੇ ਸਿਰ ਸੀਗੇ ਉਹ ਪਾੜਦੇ ਰਹੇ, ਫਿਰ ਪੁਲਿਸ ਨੂੰ ਜਿਹੜੀ ਆ ਜੀ ਉਹ ਗੋਲੀ ਵੀ ਇੱਥੇ ਚਲਾਉਣੀ ਪਈ, ਔਰ ਤਾਂ ਕਿਤੇ ਜਾ ਕੇ ਜਿਹੜਾ ਸੀਗਾ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਿਆ ਜੀ। ਜਿਹੜੇ ਅਲਾਟ ਹੋਏ ਪਲੋਟ ਨੇ ਉਹਨਾਂ ਦੀ 1.5 ਏਕੜ ਜ਼ਮੀਨ ਦੇ ਉੱਤੇ ਹਾਕਮ ਧਿਰ ਦੇ ਦਬਾਅ ਦੇ ਹੇਠ ਨਜਾਇਜ਼ ਕਬਜ਼ਾ ਜਿਹੜੀ ਹੈ ਜੀ ਉਹਨਾਂ ਨੇ ਇਹ ਦੋਸ਼ ਲਾਇਆ ਕਿ ਇਹ ਕਰਵਾਇਆ ਜਾ ਰਿਹਾ, ਔਰ ਜਿਹੜੇ ਉੱਥੇ ਰਹਿੰਦੇ ਲੋਕ ਨੇ ਉਹ ਕਹਿੰਦੇ ਜੀ ਅਸੀਂ ਸਾਲਾਂ ਤੋਂ ਇੱਥੇ ਬੈਠੇ ਹੋਏ ਹਾਂ ਅਤੇ ਸਾਨੂੰ ਉਜਾੜਨਾ ਜਿਹੜਾ ਜੀ ਉਹ ਨਹੀਂ ਚਾਹੀਦਾ। ਤਣਾਓ ਜਿਹੜਾ ਜੀ ਦੋਨਾਂ ਭਾਈਚਾਰਿਆਂ ਦੇ ਵਿਚਾਲੇ ਅਜੇ ਵੀ ਬਣਿਆ ਹੋਇਆ ਜੀ। ਹਾਂਜੀ, ਅਤੇ ਅੱਗੇ ਆਪਾਂ ਜੀ ਕਾਂਗਰਸ ਵੱਲ ਆਉਂਦੇ ਹਾਂ, ਕਾਂਗਰਸ ਦੀ ਗੱਲ ਕਰਦੇ ਹਾਂ। ਉਸਦਾ ਜਿਹੜਾ ਕਾਟੋ ਕਲੇਸ਼ ਆ ਕਾਫੀ ਸਮੇਂ ਤੋਂ, ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ, ਅਤੇ ਰਾਹੁਲ ਗਾਂਧੀ ਦੀ ਜਲੰਧਰ ਫੇਰੀ ਸਮੇਂ ਵੀ ਇਹ ਜਿਹੜੀ ਧੜੇਬੰਦੀ ਉਭਰੀ। ਰਾਹੁਲ ਗਾਂਧੀ ਹੋਰਾਂ ਦੀ ਜਿਹੜੀ ਇਹ ਅੱਜ ਦੀ ਜਲੰਧਰ ਫੇਰੀ ਆ ਜੀ ਉਹ ਨਸ਼ੇ ਦੇ ਸੰਬੰਧ ਦੇ ਵਿੱਚ, ਉਹਨਾਂ ਨੇ ਨਸ਼ੇ ਦੇ ਵਿਰੋਧ ਦੇ ਵਿੱਚ ਇੱਥੇ ਜਿਹੜਾ ਧਰਨਾ ਲੱਗਣਾ ਉਹਦੇ ਵਿੱਚ ਆਉਣਾ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਹੋਰਾਂ ਨੇ ਕੁਛ ਸਵਾਲ ਜਿਹੜੇ ਉਠਾਏ ਨੇ, ਇਹੀ ਸਵਾਲ ਭਗਵੰਤ ਮਾਨ ਹੋਰਾਂ ਨੇ ਵੀ 2 ਦਿਨ ਪਹਿਲਾਂ ਉਠਾਏ ਸੀਗੇ ਕਿ ਜਿਹੜੀ ED ਜਾਂਚ ਕਰ ਰਹੀ ਆ ਉਹਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹਨਾਂ ਦੇ ਸੰਤੋਖ ਚੌਧਰੀ ਹੁਰੀ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ED ਨੇ ਕੀਤੀ ਆ, ਉਹਦੇ ਬਾਰੇ ਕਾਂਗਰਸ ਜਿਹੜੀ ਆ ਜੀ ਉਹ ਕਿਉਂ ਨਹੀਂ ਬੋਲਦੀ। ਉਹਨਾਂ ਨੇ ਨਾਲ ਦੀ ਨਾਲ ਮੁੱਦਾ ਜਿਹੜਾ ਜੀ ਇਹ ਵੀ ਉਠਾਇਆ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚਿੱਠੀ ਲਿਖੀ ਸੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਬਾਰੇ ਦੇ ਵਿੱਚ, ਉਹਦੇ ਬਾਰੇ ਕਾਂਗਰਸ ਕਿਉਂ ਨਹੀਂ ਬੋਲਦੀ। ਇਹ ਵੀ ਮੁੱਦਾ ਉਠਾਇਆ ਗਿਆ ਕਿ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਦੋਂ ਪਹਿਲਾਂ ਵਾਲੀਆਂ ਵੀ, ਉਹਦੇ ਵਿੱਚ ਜਿਹੜੇ ਚੋਣ ਕਮਿਸ਼ਨ ਸੀ ਉਹਨਾਂ ਨੇ ਮੁੱਦਾ ਉਠਾਇਆ ਸੀ, ਕਾਂਗਰਸ ਉਦੋਂ ਵੀ ਜਿਹੜਾ ਜੀ ਉਹ ਚੁੱਪ ਰਹੀ। ਇਹਦੇ ਵਿੱਚ ਇਹ ਵੀ ਸਵਾਲ ਖੜਾ ਕੀਤਾ ਗਿਆ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀਗਾ CBI ਨੂੰ ਜਾਂਚ ਨਹੀਂ ਦੇਣੀ ਚਾਹੀਦੀ ਜਿਹੜੀ ED ਕਰ ਰਹੀ ਹੈ, ਉਦੋਂ ਜਿਹੜੀ ਕਾਂਗਰਸ ਕਿਉਂ ਨਹੀਂ ਬੋਲੀ। ਇਹ ਸਾਰੇ ਸਵਾਲਾਂ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਦੀ ਜਿਹੜੀ ਜਲੰਧਰ ਦੀ ਫੇਰੀ ਅੱਜ ਹੈ, ਜਿਹੜੀ ਜਿੰਨੇ ਕਾਂਗਰਸੀ ਹੈਗੇ ਨੇ ਜੀ ਉਹ ਸਾਰੇ ਜਿਹੜੇ ਬਹੁਤੇ ਆ ਉਹ ਪਾਟੋ ਧਾੜ ਹੋਏ ਪਏ ਨੇ। ਜਿਹੜੇ ਵੱਡੇ ਵੱਡੇ ਬੋਰਡ ਲਾਏ ਗਏ ਨੇ, ਫਲੈਕਸ ਜਿਹੜੀਆਂ ਲਾਈਆਂ ਗਈਆਂ ਜੀ, ਕਿਸੇ ਦੇ ਵਿੱਚੋਂ ਕਿਸੇ ਨੂੰ ਕੱਟ ਦਿੱਤਾ ਗਿਆ, ਕਿਸੇ ਦੇ ਵਿੱਚੋਂ ਜਿਹੜਾ ਜੀ ਉਹ ਕਿਸੇ ਨੂੰ ਕੱਟ ਦਿੱਤਾ ਗਿਆ। ਨਸ਼ੇ ਦੇ ਮੁੱਦੇ ਦੇ ਉੱਤੇ ਘੇਰਨ ਦੇ ਵਾਸਤੇ ਮੌਜੂਦਾ ਸਰਕਾਰ ਨੂੰ ਰਾਹੁਲ ਗਾਂਧੀ ਹੋਰੀ ਆ ਰਹੇ ਨੇ, ਪਰ ਕਾਂਗਰਸੀ ਜਿਹੜੇ ਨੇ ਜੀ ਉਹ ਆਪਸ ਦੇ ਵਿੱਚ ਆਪਣੇ ਜਿਹੜੇ ਨੇ ਉਹਨਾਂ ਨੂੰ ਇੱਕ ਦੂਜੇ ਨੂੰ ਜਿਹੜਾ ਜੀ ਉਹ ਘੇਰਨ ਦੇ ਉੱਤੇ ਲੱਗੇ ਹੋਏ ਨੇ। ਸੋ ਰਾਹੁਲ ਗਾਂਧੀ ਹੋਰਾਂ ਦੀ ਇਹ ਫੇਰੀ ਕਿੰਨੀ ਕੁ ਸਫਲ ਜਿਹੜੀ ਆ ਜੀ ਉਹ ਹੁੰਦੀ ਆ ਇਹ ਵੇਖਣਾ ਹੋਊਗਾ ਜੀ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿਵੇਂ ਥੱਪੜ ਕੱਢ ਮਾਰਿਆ ਸੀ ਇੱਕ ਨੂੰ, ਉਸ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧਰਨਾ ਸੀਗਾ ਉਹ ਤਾਂ ਕਿਤੇ ਪਾਸੇ ਰਹਿ ਗਿਆ, ਗੂੰਜ ਜਿਹੜੀ ਸੀ ਉਹ ਥੱਪੜ ਕਾਂਡ ਦੀ ਪੈਂਦੀ ਰਹੀ। ਅਤੇ ਜਿਵੇਂ ਜਲੰਧਰ ਵਾਲੇ ਕਾਂਗਰਸੀ ਜਿਹੜੇ ਆ ਜੀ ਉਹ ਪਾਟੇ ਹੋਏ ਪਏ ਆ ਅਤੇ ਉਹ ਇੱਕ ਦੂਜੇ ਦੇ ਖਿਲਾਫ ਜਿਹੜੇ ਬੋਰਡ ਆ ਉਹ ਲਾਈ ਜਾਂਦੇ ਆ, ਉਹਦੇ ਤੋਂ ਕਿਹਾ ਜਾ ਸਕਦਾ ਜੀ ਕਿ ਉੱਥੇ ਵੀ ਕੋਈ ਜਲੰਧਰ ਵੀ ਇੱਦਾਂ ਦਾ ਭਾਣਾ ਨਾ ਵਾਪਰ ਜਾਵੇ ਜੀ ਜਿਹਦੇ ਵਿੱਚ ਫੇਰੀ ਜਿਹੜੀ ਆ ਉਹ ਸਾਈਡ 'ਤੇ ਰਹਿ ਜੇ ਅਤੇ ਦੂਜੀਆਂ ਗੱਲਾਂ ਜਿਹੜੀਆਂ ਜੀ ਉਹ ਜ਼ਿਆਦਾ ਉੱਭਰ ਜਾਣ। ਬਿਲਕੁਲ ਜੀ, ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਕੁਛ ਨਹੀਂ ਸਿੱਖਿਆ। ਅਤੇ ਅੱਗੇ ਆਪਾਂ ਇੱਕ ਦਿੱਲੀ ਦੇ ਰੈਸਟੋਰੈਂਟ ਦੀ ਗੱਲ ਕਰੀਏ ਕਿ ਉਸ ਦੇ ਵਿੱਚੋਂ ਗਰੀਬ ਬੱਚਿਆਂ ਨੂੰ ਬਾਹਰ ਕੱਢਿਆ। ਇਹ ਬੜੀ ਜਿਹੜੀ ਜੀ ਅਨਫੋਰਚੁਨੇਟਲੀ ਜਿਹੜੀ ਗੱਲ ਹੈ ਕਿ ਕੋਈ ਗਰੀਬ ਜਿਹੜਾ ਪਰਿਵਾਰ ਸੀਗਾ, ਕਨਾਟ ਪਲੇਸ ਦੀ ਐਕਚੁਅਲੀ ਘਟਨਾ ਹੈ। ਇੱਥੇ ਜਿਹੜੀ ਇੱਕ ਔਰਤ ਸੀਗੀ ਉਹ ਆਪਣੇ ਪਤੀ ਦਾ ਬਰਥਡੇ ਜਿਹੜਾ ਜੀ ਮਨਾਉਣਾ ਚਾਹੁੰਦੀ ਸੀ, ਔਰ ਉਹਦੀ ਇੱਛਾ ਹੋਊਗੀ ਜੀ ਸ਼ਿਵ ਸਾਗਰ ਰੈਸਟੋਰੈਂਟ ਆ ਉੱਥੇ, ਉਹ ਆਪਣੇ ਜਿਹੜੇ ਗਲੀ ਦੇ ਜਿਹੜੇ ਗਰੀਬ ਬੱਚੇ ਸੀਗੇ, ਸੋਨਾਲੀ ਸ਼ੈਟੀ ਇਹ ਔਰਤ ਹੈ, ਉਹਨੇ ਆਪਣੇ ਪਤੀ ਦਾ ਜਿਹੜਾ ਬਰਥਡੇ ਸੀਗਾ ਉਹਨੇ ਇਸ ਤਰੀਕੇ ਨਾਲ ਮਨਾਇਆ ਕਿ ਉਹ ਗਰੀਬ ਬੱਚਿਆਂ ਨੂੰ ਇਸ ਚੰਗੇ ਰੈਸਟੋਰੈਂਟ ਦੇ ਵਿੱਚ ਰੋਟੀ ਜਿਹੜਾ ਜੀ ਉਹ ਖਵਾਉਣਾ ਚਾਹੁੰਦੀ ਸੀਗੀ। ਪਰ ਜਿਹੜੇ ਰੈਸਟੋਰੈਂਟ ਵਾਲੇ ਆ ਜੀ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਗੰਦੇ ਮੰਦੇ ਵੇਖ ਕੇ
ਬਾਹਰ ਕੱਢ ਦਿੱਤਾ ਜੀ ਰੈਸਟੋਰੈਂਟ ਤੋਂ। ਇਹ ਕਿਹਾ ਕਿ ਸਾਡੇ ਰੈਸਟੋਰੈਂਟ ਦਾ ਜਿਹੜਾ ਜੀ ਉਹ ਸਟੈਂਡਰਡ ਇਹਦੇ ਨਾਲ ਜਿਹੜਾ ਜੀ ਉਹ ਖਰਾਬ ਹੁੰਦਾ। ਜਦੋਂ ਇਹਨਾਂ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਇਹ ਜਿਹੜੀ ਔਰਤ ਸੀਗੀ ਜੀ ਸੋਨਾਲੀ ਸ਼ੈਟੀ, ਉਹਨੇ ਰੈਸਟੋਰੈਂਟ ਦੇ ਬਾਹਰ ਜਿਹੜਾ ਸੀਗਾ ਜੀ ਉਹ ਧਰਨਾ ਲਾ ਦਿੱਤਾ ਕਿ ਇਉਂ ਤੁਸੀਂ ਗਰੀਬ ਹੋਣ ਕਰਕੇ ਬੱਚਿਆਂ ਨੂੰ ਜਿਹੜਾ ਜੀ ਉਹ ਬਾਹਰ ਕਿਵੇਂ ਜਿਹੜਾ ਜੀ ਉਹ ਕੱਢ ਸਕਦੇ ਹੋ। ਔਰ ਇਹਦੇ ਹੁਣ ਜਿਹੜਾ ਜੀ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਦਿੱਲੀ ਦੇ, ਉਹਨਾਂ ਨੇ ਇਹਦੀ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਨੇ ਮਨੀਸ਼ ਸਿਸੋਦੀਆ ਹੋਰਾਂ ਨੇ। ਔਰ ਇਹ ਕਿਹਾ ਕਿ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਆ ਜੀ ਉਹ ਜਾਂਚ ਕਰਕੇ ਦੱਸਿਆ ਜਾਵੇ ਕਿ ਕਿਵੇਂ ਇਹਨਾਂ ਬੱਚਿਆਂ ਨੂੰ ਜਿਹੜਾ ਜੀ ਕਿਉਂ ਜਿਹੜਾ ਕਾਰਨ ਕੀ ਸੀਗਾ ਜਿਹਦੇ ਕਰਕੇ ਉੱਥੋਂ ਕੱਢਿਆ ਗਿਆ। ਜਿਹੜੇ ਰੈਸਤਰਾਂ ਦੇ ਪ੍ਰਬੰਧਕ ਨੇ ਰੋਮਾ ਮਲਹੋਤਰਾ ਨੇ, ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਇਹ ਦੋਸ਼ ਜਿਹੜੇ ਉਹ ਗਲਤ ਨੇ, ਬੱਚੇ ਅੰਦਰ ਸ਼ੋਰ ਪਾ ਰਹੇ ਸੀਗੇ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਉਹ ਇੱਥੋਂ ਜਿਹੜਾ ਉਹ ਕੱਢਿਆ ਗਿਆ। ਉਹਨਾਂ ਨੇ ਇਹ ਕਿਹਾ ਜੀ ਕਿ ਇਹ ਇੱਕ ਰੈਸਤਰਾਂ ਹੈ ਅਤੇ ਇੱਥੇ ਹਰ ਕੋਈ ਜਿਹੜਾ ਜੀ ਉਹ ਆ ਸਕਦਾ, ਪਰ ਉਹਨਾਂ ਨੇ ਇਹ ਕਿਹਾ ਜੀ ਕਿ ਇੰਨੀ ਇਹ ਗੱਲ ਤੋਂ ਨਾ ਕੀਤੀ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੈਕ ਕਰ ਦਿੰਦੇ ਹਾਂ, ਬਾਹਰ ਜਾ ਕੇ ਖਵਾ ਲਿਓ, ਅੰਦਰ ਜਿਹੜਾ ਜੀ ਉਹ ਨਹੀਂ ਬੈਠਣ ਦੇਵਾਂਗੇ। ਸੋ ਦਿੱਲੀ ਦੇ ਵਿੱਚ ਜਿਹੜਾ ਜੀ ਇਹ ਮਸਲਾ ਕਾਫੀ ਭੱਕ ਗਿਆ ਜੀ ਕਿ ਇਉਂ ਰੈਸਟੋਰੈਂਟ ਵਾਲਾ ਜਿਹੜਾ ਜੀ ਸਿਰਫ ਗਰੀਬ ਹੋਣ ਕਰਕੇ ਬੱਚਿਆਂ ਨੂੰ ਕਿਵੇਂ ਬਾਹਰ ਕੱਢ ਸਕਦਾ ਜੀ। ਬਿਲਕੁਲ ਜੀ, ਗਰੀਬ ਦੀ ਤਾਂ ਕਿਤੇ ਪੁੱਛੀ ਨਹੀਂ ਜਾਂਦੀ। ਅਤੇ ਅੱਗੇ ਆਪਾਂ ਗੱਲ ਕੀਤੀ ਸੀਗੀ ਪਹਿਲਾਂ ਜੀ ਹਰਿਆਣਾ ਦੇ ਵਿੱਚ ਰਾਜ ਸਭਾ ਦੇ ਵਿੱਚ ਜੋ ਹੇਰਾ ਫੇਰੀ ਆ ਉਹ ਲੱਗਦਾ ਲੋਕਾਂ ਨੂੰ ਕਿ ਹੇਰਾ ਫੇਰੀ ਹੋਈ ਆ, ਅਤੇ ਉਸ ਦਾ ਵਿਵਾਦ ਹੋਰ ਵਧਿਆ। ਬਿਲਕੁਲ ਜੀ, ਐਕਚੁਲੀ ਇਹਦੇ ਵਿੱਚੋਂ ਜਿਹੜੇ ਕੱਢ ਕੇ ਲੈ ਗਏ ਜਿਹੜੇ ਦੀ ਆਜ਼ਾਦ ਭਾਜਪਾ ਦੇ ਨਾਲ ਜਿਹੜੇ ਰੀਗ ਦੇ ਮਾਲਕ ਜਿਹੜੇ ਆ ਜੀ ਉਹਨੇ ਐਕਚੁਲੀ ਇਹ ਮਸਲਾ ਕੁਛ ਜ਼ਿਆਦਾ ਜਿਹੜਾ ਜੀ ਉਹ ਵਧਾ ਦਿੱਤਾ ਹਰਿਆਣੇ ਵਾਲਾ। ਔਰ ਇਹ ਮਸਲਾ ਇਸ ਵੇਲੇ ਜੀ ਸੁਰਖੀਆਂ ਦੇ ਵਿੱਚ ਜਿਹੜਾ ਉਹ ਛਾਇਆ ਹੋਇਆ ਕਿ ਸਿਰਫ ਕਾਂਗਰਸ ਦੇ ਜਿਹੜੇ ਮੈਂਬਰ ਸਨ ਉਹਨਾਂ ਦੀਆਂ ਵੋਟਾਂ ਰੱਦ ਕਿਉਂ ਹੋਈਆਂ, ਬੀਜੇਪੀ ਦੇ ਕਿਸੇ ਵਿਅਕਤੀ ਦੀ ਜਿਹੜੀ ਆ ਜੀ ਉਹ ਵੋਟ ਰੱਦ ਕਿਉਂ ਨਹੀਂ ਹੋਈ ਮੈਂਬਰ ਦੀ। ਐਕਚੁਲੀ ਜੀ ਹਰਿਆਣੇ ਦੇ ਵਿੱਚ ਰਾਜ ਸਭਾ ਦੀ ਚੋਣ ਦੇ ਦੌਰਾਨ ਜਿਹੜਾ ਉਲਟ ਫੇਰ ਹੋਇਆ, ਇਸ ਤੋਂ ਬਾਅਦ ਜਿਹੜੇ ਵਿਵਾਦਾਂ ਦੇ ਵਿੱਚ ਘਿਰੇ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਉਹਨਾਂ ਨੇ ਚੋਣ ਕਮਿਸ਼ਨ ਤੋਂ ਇਸ ਮਾਮਲੇ ਦੀ ਪੜਤਾਲ ਦੇ ਨਾਲ ਵੋਟਿੰਗ ਦੇ ਵਾਸਤੇ ਵਰਤੇ ਗਏ ਪੈਨਾਂ ਦੀ ਫੋਰੈਂਸਿਕ ਜਾਂਚ ਕਰਾਉਣ ਦੀ ਜਿਹੜੀ ਆ ਜੀ ਉਹ ਮੰਗ ਕੀਤੀ ਆ। ਅਸਲ 'ਚ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਪੈਨ ਦੇ ਨਾਲ ਪਹਿਲਾਂ ਸਾਈਨ ਕੀਤੇ ਗਏ ਸੀ ਉਹ ਪਾਸੇ ਕਰ ਲਿਆ, ਦੂਜਾ ਪੈਨ ਜਿਹੜਾ ਜੀ ਰੱਖ ਦਿੱਤਾ ਗਿਆ। ਜਦੋਂ ਪੈਨ ਦੋ ਹੋ ਗਏ ਤਾਂ ਉਹਦੇ ਤੋਂ ਐਕਚੁਲੀ ਜਿਹੜਾ ਜੀ ਇਹ ਸਾਰਾ ਵਿਵਾਦ ਵਧਿਆ। ਦੋ ਪੈਨ ਹੋਣ ਦੀ ਵਜ੍ਹਾ ਕਰਕੇ ਜਿਹੜਾ ਸੀਗਾ ਜੀ ਕਾਂਗਰਸੀਆਂ ਤੋਂ ਉਹਨਾਂ ਤੋਂ ਜਿਹੜਾ ਜੀ ਉਹ ਸਾਈਨ ਕਰਵਾਏ ਗਏ, 14 ਜਿਹੜੀਆਂ ਵੋਟਾਂ ਸੀਗੀਆਂ ਰੱਦ ਹੋ ਗਈਆਂ। ਜਿਹੜੇ ਕਿ ਸੁਭਾਸ਼ ਚੰਦਰਾ ਜੀ ਦੇ ਮਾਲਕ ਜਿਹੜੇ ਨੇ ਉਹਨਾਂ ਦੀ ਜਿੱਤ ਦਾ ਇਹ ਕਾਰਨ ਜਿਹੜਾ ਜੀ ਉਹ ਬਣਿਆ। ਔਰ ਇਹਦੇ ਨਾਲ ਜਿਹੜੇ ਆਰ ਕੇ ਆਨੰਦ ਦੀ ਹਾਰ ਤੋਂ ਬਾਅਦ ਜਿਹੜੀ ਕਾਂਗਰਸ ਹੈ ਜੀ ਉਹਦੇ ਵੱਲੋਂ ਅੱਜ ਚੋਣ ਕਮਿਸ਼ਨ ਦੇ ਕੋਲੇ ਜਿਹੜਾ ਜੀ ਉਹ ਜਾਇਆ ਜਾਊਗਾ ਅਤੇ ਉੱਥੇ ਇਹਦੀ ਲਿਖਤੀ ਸ਼ਿਕਾਇਤ ਜਿਹੜੀ ਆ ਜੀ ਉਹ ਕੀਤੀ ਜਾਊਗੀ। ਤੁਸੀਂ ਇਹ ਅੰਦਾਜ਼ਾ ਲਾ ਲਓ ਜੀ ਕਿ ਸਿਆਸਤ ਜਿਹੜੀ ਆ ਜੀ ਉਹ ਕਿਸ ਨਿਵਾਣਾ ਤੱਕ ਜਿਹੜੀ ਆ ਉਹ ਚਲੇਗੀ ਹੋਈ ਆ ਕਿ ਜਿੱਤਣ ਦੇ ਵਾਸਤੇ ਕਿਸ ਲੈਵਲ ਦੀਆਂ ਹੇਰਾ ਫੇਰੀਆਂ ਜਿਹੜੀਆਂ ਜੀ ਉਹ ਕੀਤੀਆਂ ਜਾਂਦੀਆਂ ਨੇ। ਇਹ ਕਿਹਾ ਜਾ ਸਕਦਾ ਜੀ ਕਿ ਸਾਰਾ ਕੁਛ ਗਿਣਿਆ ਮਿੱਥਿਆ ਸੀਗਾ, ਤਾਂ ਹੀ ਕਰਕੇ ਸੁਭਾਸ਼ ਚੰਦਰਾ ਹੋਰੀ ਹਰਿਆਣੇ ਆਏ, ਇੱਥੇ ਆ ਕੇ ਉਹਨਾਂ ਨੇ ਆਜ਼ਾਦ ਤੌਰ ਦੇ ਉੱਤੇ ਜਿਹੜੇ ਸੀਗੇ ਜੀ ਉਹ ਕਾਗਜ਼ ਭਰੇ। ਔਰ ਕਾਗਜ਼ ਭਰ ਕੇ ਸ਼ਾਇਦ ਪਹਿਲਾਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਹੋਊਗਾ ਜੀ ਕਿ ਕਿਹੜੇ ਤਰੀਕੇ ਦੇ ਨਾਲ ਇਹ ਸਾਰੀ ਹੇਰਾਫੇਰੀ ਜਿਹੜੀ ਆ ਜੀ ਉਹ ਕੀਤੀ ਜਾਊਗੀ। ਉਹਨਾਂ ਦੀ ਜਿੱਤ ਜਿਹੜੀ ਆ ਜੀ ਹੇਰਾਫੇਰੀ ਦੀ ਜਿੱਤ ਹੀ ਕਹੀ ਜਾ ਸਕਦੀ ਹੈ। ਉੱਥੋਂ ਇੱਕ ਮੈਂਬਰ ਜਿਹੜਾ ਅਕਾਲੀ ਦਲ ਦਾ ਹੈ ਉਹਨੇ ਵੀ ਜਿਹੜੀ ਸੁਭਾਸ਼ ਚੰਦਰਾ ਦੇ ਹੱਕ ਦੇ ਵਿੱਚ ਵੋਟ ਪਾਈ। ਉਹਨਾਂ ਦਾ ਬਿਆਨ ਆਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਹਦਾਇਤ ਦੇ ਉੱਤੇ ਉਹਨਾਂ ਨੇ ਕਿਹਾ ਸੀਗਾ ਜੀ ਕਿ ਇਹਨਾਂ ਨੂੰ ਵੋਟ ਪਾਉਣੀ ਹੈ। ਇੱਕ ਪਾਸੇ ਸੁਭਾਸ਼ ਚੰਦਰਾ ਦਾ ਚੈਨਲ ਜਿਹੜਾ ਜੀ ਇੱਥੋਂ ਬੰਦ ਕੀਤਾ ਗਿਆ ਪੰਜਾਬ ਦੇ ਵਿੱਚੋਂ, ਔਰ ਉਹ ਰੌਲਾ ਪਾ ਰਹੇ ਨੇ ਕਿ ਸਰਕਾਰ ਨੇ ਬੰਦ ਕਰਾਇਆ। ਦੂਜੇ ਪਾਸੇ ਜਿਹੜਾ ਜੀ ਉਹਨੂੰ ਵੋਟ ਪਾਉਣ ਦੇ ਵਾਸਤੇ ਕਿਹਾ ਜਾ ਰਿਹਾ, ਇਹ ਅੰਦਰ ਖਾਤੇ ਕੀ ਜਿਹੜਾ ਜੀ ਉਹ ਚੱਲੀ ਜਾ ਰਿਹਾ, ਇਹ ਸਿਆਸਤ ਹੀ ਹੈ। ਬਿਲਕੁਲ ਜੀ, ਇਸੇ ਤਰ੍ਹਾਂ ਤਾਂ ਲੋਕਾਂ ਦਾ ਜੜਾ ਹੋਇਆ, ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਆ। ਇਸੇ ਤਰ੍ਹਾਂ ਜਿਹੜੀ ਕੁਰਸੀ ਦੇ ਲਈ ਗੱਠਜੋੜ ਆ, ਬਹੁਤ ਕੁਛ ਹੇਰਾ ਫੇਰੀਆਂ। ਅਤੇ ਅੱਗੇ ਅਖੀਰ ਦੇ ਵਿੱਚ ਮੇਰਾ ਸਵਾਲ ਹੈ ਕਿ ਦਿੱਲੀ ਦੀ ਸਰਕਾਰ ਨੇ 600 ਕਰੋੜ ਦਾ ਜਿਹੜਾ ਜੁਰਮਾਨਾ ਕੀਤਾ ਜੀ ਹੋਸਪਿਟਲਾਂ ਨੂੰ, ਇੱਦਾਂ ਪਹਿਲਾਂ ਕਦੀ ਜਿਹੜਾ ਜੀ ਉਹ ਹੋਇਆ ਨਹੀਂ ਗਿਆ ਗੱਲ। ਫਿਰ ਉਹ ਜਿਹੜੀ ਆਪਾਂ ਪਹਿਲਾਂ ਰੈਸਟੋਰੈਂਟ ਦੀ ਕਰਕੇ ਹਟੇ ਹਾਂ ਜੀ, ਉਹਦੇ ਨਾਲ ਰਲਦੀ ਇਸ ਕਰਕੇ ਆ ਜੀ ਕਿ ਇੱਥੇ ਇਹਦੇ ਵਿੱਚ ਵੀ ਗਰੀਬ ਜਿਹੜੇ ਨੇ ਜੀ ਉਹ ਆਉਂਦੇ ਨੇ, ਉਹਨਾਂ ਵਿਚਾਰਿਆਂ ਨੂੰ ਦਬਕੇ ਜਿਵੇਂ ਪੈਂਦੇ ਨੇ ਹਸਪਤਾਲਾਂ ਦੇ ਵਿੱਚ। ਜੇ ਕਿਸੇ ਨੇ ਦੇਖਿਆ ਹੋਵੇ ਤਾਂ ਉਹ ਜਿਹੜਾ ਜੀ ਦੱਸ ਸਕਦਾ ਕਿ ਕਿਹੋ ਜਿਹੇ ਹਾਲਾਤ ਉਹਨਾਂ ਵਿਚਾਰਿਆਂ ਦੇ ਕਰਦੇ ਨੇ, ਭੁੰਜੇ ਉੱਥੇ ਜਿਹੜਾ ਜੀ ਉਹ ਬਿਠਾ ਛੱਡਦੇ ਨੇ ਡਾਕਟਰ। ਪਰ ਇਹ ਪਹਿਲੀ ਵਾਰੀ ਹੋਇਆ ਜੀ ਇੱਦਾਂ ਕਿਸੇ ਸਰਕਾਰ ਨੇ ਜਿਹੜਾ ਇੰਨਾ ਸਖ਼ਤ ਜਿਹੜਾ ਉਹ ਐਕਸ਼ਨ ਲਿਆ ਹੋਵੇ। ਦਿੱਲੀ ਦੀ ਸਰਕਾਰ ਨੇ 5 ਇਹ ਪ੍ਰਾਈਵੇਟ ਹੋਸਪਿਟਲ ਨੇ ਜਿਨ੍ਹਾਂ ਨੂੰ ਗਰੀਬਾਂ ਦਾ ਇਲਾਜ ਜਿਹੜਾ ਜੀ ਉਹ ਨਾ ਕਰਨ ਕਰਕੇ 600 ਕਰੋੜ ਰੁਪਈਏ ਦਾ ਜੁਰਮਾਨਾ ਜਿਹੜਾ ਜੀ ਉਹ ਲਾਇਆ।
ਜਿਹੜਾ ਇਹ ਜਿਹੜੇ ਹਸਪੀਟਲ ਨੇ ਇਹਨਾਂ ਨੂੰ 9 ਜੁਲਾਈ ਤੱਕ ਜੁਰਮਾਨਾ ਉਹ ਭਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਜਿਹੜਾ ਹੈਲਥ ਮਿਨਿਸਟਰੀ ਆ ਉੱਥੋਂ ਦੀ ਉਹਨਾਂ ਨੇ ਜਿਹੜੇ ਇਹਦਾ ਦੱਸਿਆ ਕਿ ਇਹਨਾਂ ਹਸਪਤਾਲਾਂ ਨੂੰ 1960 ਅਤੇ 1990 ਦੇ ਵਿੱਚ ਜਿਹੜੀਆਂ ਰਿਆਇਤਾਂ ਦਿੱਤੀਆਂ ਗਈਆਂ ਨੇ, ਲੀਜ਼ ਦੇ ਉੱਤੇ ਜ਼ਮੀਨ ਦਿੱਤੀ ਗਈ ਆ ਇਸ ਸ਼ਰਤ ਦੇ ਨਾਲ ਕਿ ਗਰੀਬਾਂ ਦਾ ਇਹ ਮੁਫਤ ਇਲਾਜ ਕਰਨਗੇ। ਪਰ ਇਹਨਾਂ ਨੇ ਸ਼ਰਤਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਪਾਲਣ ਨਹੀਂ ਕੀਤਾ। ਦਸੰਬਰ 2015 ਦੇ ਵਿੱਚ ਇਹਨਾਂ ਹਸਪਤਾਲਾਂ ਨੂੰ ਨੋਟਿਸ ਭੇਜ ਕੇ ਉਹਨਾਂ ਦੀ ਉਹਨਾਂ ਤੋਂ ਸਫਾਈ ਮੰਗੀ ਗਈ ਸੀ। ਕਿਸੇ ਨੇ ਕੋਈ ਸੈਟਿਸਫਾਈਡ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ, ਜਿਹਦੇ ਕਰਕੇ ਇਹ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਗਈ ਆ। 2007 ਦੇ ਵਿੱਚ ਹਾਈਕੋਰਟ ਦਾ ਇੱਕ ਫੈਸਲਾ ਵੀ ਆਇਆ ਸੀਗਾ ਇੱਕ PIL ਦੇ ਉੱਤੇ ਕਿ ਜਿਹੜੇ ਹੋਸਪਿਟਲ ਜਿਹੜੇ ਆ ਉਹ ਗਰੀਬਾਂ ਦਾ ਇਲਾਜ ਨਹੀਂ ਕਰਦੇ ਤਾਂ ਉਹਨਾਂ ਨੂੰ ਜਿਹੜਾ ਜੀ ਇਹ ਜੁਰਮਾਨਾ ਕੀਤਾ ਜਾ ਸਕਦਾ। ਪਰ ਇਹ ਫੈਸਲਾ 2007 ਦਾ ਆਇਆ ਹੋਣ ਦੇ ਬਾਵਜੂਦ ਕਦੀ ਕਿਸੇ ਸੂਬੇ ਦੀ ਸਰਕਾਰ ਨੇ ਜਾਂ ਕੇਂਦਰ ਦੀ ਸਰਕਾਰ ਨੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਜੀ ਉਹ ਨਹੀਂ ਕੀਤੀ। ਆਈ ਥਿੰਕ ਇਹ ਜਿਹੜਾ ਫੈਸਲਾ ਹੈ ਇਹ ਇਤਿਹਾਸਕ ਫੈਸਲਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਇਹਨੂੰ ਲੈ ਕੇ ਮੇਰਾ ਖਿਆਲ ਇਸ ਗੱਲ ਦੇ ਉੱਤੇ ਚਰਚਾ ਜਿਹੜੀ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਜਿੰਨੇ ਹੋਸਪਿਟਲ ਇਹ ਪ੍ਰਾਈਵੇਟ ਖੁੱਲ੍ਹੇ ਹੋਏ ਨੇ ਜੀ ਇਹ ਸਾਰੇ ਹੀ ਇਹਨਾਂ ਸ਼ਰਤਾਂ ਦੇ ਤਹਿਤ ਖੁੱਲ੍ਹੇ ਹੋਏ ਨੇ। ਜਿਹੜੇ ਇਹ ਮੋਟੇ ਗੱਫੇ ਹਾਸਲ ਕਰਦੇ ਨੇ ਛੋਟਾਂ ਵਾਲੇ ਅਤੇ ਜ਼ਮੀਨਾਂ ਜਿਹੜੀਆਂ ਜੀ ਮੁਫਤੋ ਮੁਫਤੀ ਇਹਨਾਂ ਨੂੰ ਮਿਲੀਆਂ ਹੋਈਆਂ ਨੇ, ਪਰ ਕੋਈ ਗਰੀਬ ਜਿਹੜਾ ਜੀ ਉਹ ਇਹਨਾਂ 5-star ਹੋਸਪਿਟਲਾਂ ਦੇ ਨੇੜੇ ਤੇੜੇ ਖੰਘ ਕੇ ਤਾਂ ਵਿਖਾਵੇ ਜੀ। ਮੇਰਾ ਖਿਆਲ ਜਿਹੋ ਜਿਹੀ ਕਾਰਵਾਈ ਇਹ ਦਿੱਲੀ ਵਾਲੀ ਹੋਈ ਆ ਉਦੋਂ ਬਾਅਦ ਕੁਛ ਅਕਲ ਜਿਹੜੀ ਆ ਜੀ ਉਹ ਜ਼ਰੂਰ ਆ ਸਕਦੀ ਇਹਨਾਂ ਨੂੰ। ਬਿਲਕੁਲ ਜੀ, ਇੱਕ ਕਮਾਈ ਦਾ ਸਾਧਨ ਬਣਾਇਆ ਹੋਇਆ ਗਰੀਬਾਂ ਦੀ ਸੇਵਾ ਕਰਨ ਵਾਲੇ ਨੇ। ਅਖੀਰ ਵਿੱਚ ਅੱਜ ਨਾਮਾ ਕਿ ਦੇਵ ਗੌੜਾ ਨੂੰ ਦੁੱਖ ਜਿਹਾ ਬੜਾ ਹੋਇਆ, ਟਿੱਬੀ ਲਾ ਗਏ 8 ਵਿਧਾਇਕ ਬੇਲੀ। ਦੇਵ ਗੌੜਾ ਨੂੰ ਦੁੱਖ ਜਿਹਾ ਬੜਾ ਹੋਇਆ, ਠਿੱਬੀ ਲਾ ਗਏ 8 ਵਿਧਾਇਕ ਬੇਲੀ, ਪੁੱਤਾਂ ਵਾਂਗਰ ਉਹ ਪਾਲ ਕੇ ਲਾਏ ਅੱਗੇ, ਧੋਖਾ ਦੇ ਗਏ ਆਖਰ ਨਲਾਇਕ ਬੇਲੀ। ਭੁੱਖ ਚੌਧਰ ਦੀ ਕਿਸੇ ਨੇ ਕਹੀ ਕਾਰਨ, ਕੋਈ ਆਖਦਾ ਗੱਲ ਹੈ ਮਾਈਕ ਬੇਲੀ, ਖੁੱਲ੍ਹਾ ਮੂੰਹ ਜਦ ਪਿਆ ਸੀ ਥੈਲੀਆਂ ਦਾ, ਸੌਦਾ ਮਾਰ ਗਏ ਸੀ ਲਾਭਦਾਇਕ ਬੇਲੀ। ਲੀਡਰ ਜਿਨ੍ਹਾਂ ਦਾ ਕਰੇ ਪਿਆ ਨਿੱਤ ਸੌਦੇ, ਉਹਨਾਂ ਵਰਤਿਆ ਲੀਡਰ ਦਾ ਨਾਂ ਦਾ ਬੇਲੀ। ਲੀਡਰ ਜਿਨ੍ਹਾਂ ਦਾ ਕਰੇ ਪਿਆ ਨਿੱਤ ਸੌਦੇ, ਉਹਨਾਂ ਵਰਤਿਆ ਲੀਡਰ ਦਾ ਦਾ ਬੇਲੀ। ਵਗਦੀ ਗੰਗਾ ਤੋਂ ਹੱਥ ਨੀ ਕੌਣ ਧੋਂਦਾ, ਪੂਰਾ ਉਹਨਾਂ ਵੀ ਕਰ ਲਿਆ ਚਾਹ ਬੇਲੀ। ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤ ਇਹ ਸਨ ਬਲਤੇਜ ਪੰਨੂ ਤੇ ਹੁਣ ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।